ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਛੱਗਿਆ ਖੁਰਦ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਧਵਾ ਮਹਿਲਾ ਨਾਲ ਚਾਰ ਨੌਜਵਾਨਾਂ ਨੇ ਜਬਰ ਜਨਾਹ ਕੀਤਾ ਤੇ ਉਸ ਨਾਲ ਮਾਰਕੁੱਟ ਵੀ ਕੀਤੀ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਮਹਿਲਾ ਇਸ ਵਕਤ ਹਸਪਤਾਲ ਵਿੱਚ ਜੇਰੇ ਇਲਾਜ ਹੈ। ਪੁਲਿਸ ਨੇ ਪੀੜਤ ਮਹਿਲਾ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਚਾਰ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਤਿੰਨ ਮੁੰਡੇ ਸੀ, ਉਹਨਾਂ ਨੇ ਪਹਿਲਾਂ ਬਾਲਿਆ ਮੈਨੂੰ, ਫਿਰ ਨਹਿਰਾਂ ਵੱਲ ਨੂੰ ਲੈ ਗਏ, ਫਿਰ ਜ਼ਬਰਦਸਤੀ ਕੀਤੀ, ਕੁੱਟਿਆ ਮਾਰਿਆ ਬਹੁਤ ਜ਼ਿਆਦਾ। ਦੋਸ਼ੀ ਜਿਹੜੇ ਆ ਬਾਈ ਨੇਮ ਨੇ, ਪਰ ਫਿਰ ਵੀ ਉਹਦੇ ਸੰਬੰਧੀ ਬਣਦੀ ਤਫਤੀਸ਼ ਤੱਥਾਂ ਦੇ ਆਧਾਰ 'ਤੇ ਕਰਕੇ ਜੋ ਮੈਡੀਕਲ ਰਿਪੋਰਟ ਆਊਗੀ ਉਹਦੇ ਮੁਤਾਬਕ ਕਾਰਵਾਈ ਲੈਂਦੀ।